ਅੱਜ ਅਸੀਂ ਸੰਤ ਸਿੰਘ ਸੇਖੋਂ ਦੀ ਆਲੋਚਨਾ ਦ੍ਰਿਸ਼ਟੀ ਬਾਰੇ ਵਿਚਾਰ ਚਰਚਾ ਕਰਾਂਗੇ। ਸੰਤ ਸਿੰਘ ਸੇਖੋਂ ਨੇ ਪੰਜਾਬੀ ਸਾਹਿਤ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਉਸ ਦੀ ਸੂਖਮ ਦ੍ਰਿਸ਼ਟੀ ਅਤੇ ਵਿਚਾਰਧਾਰਕ ਪ੍ਰਤੀਨਿਧਤਾ ਨੇ ਪੰਜਾਬੀ ਸਾਹਿਤ ਨੂੰ ਪੁਨਰ ਵਿਸ਼ਲੇਸ਼ਣ ਵਿਧੀ ਅਨੁਸਾਰ ਵਿਚਾਰ ਕੇ ਨਵੇਂ ਅਰਥ ਪ੍ਰਦਾਨ ਕੀਤੇ। ਸਿਰਜਣਾਤਮਕ ਸਾਹਿਤ ਵਿੱਚ ਸੇਖੋਂ ਸਾਡਾ ਸਿਰਮੌਰ ਕਹਾਣੀਕਾਰ, ਸਿਰਗੱਢ ਨਾਟਕਕਾਰ, ਸਫਲ ਨਾਵਲਕਾਰ, ਕਵੀ, ਚਿੰਤਕ, ਸਾਹਿਤ ਇਤਿਹਾਸਕਾਰ, ਭਾਸ਼ਾ ਵਿਗਿਆਨੀ ਅਤੇ ਸਵੈ ਜੀਵਨੀਕਾਰ ਅਤੇ ਸਭ ਤੋਂ ਵੀ ਵੱਧ 20ਵੀਂ ਸਦੀ ਦੇ ਪੰਜਾਬੀ ਸਾਹਿਤ ਦਾ ਸਭ ਤੋਂ ਵੱਡਾ ਆਲੋਚਕ ਹੈ। ਆਧੁਨਿਕ ਪੰਜਾਬੀ ਸਾਹਿਤ ਦੀਆਂ ਵਿਧਾਵਾਂ ਵਿੱਚ ਸ਼ਬਦ ਨੂੰ ਪਰੰਪਰਿਕ ਅਰਥਾਂ ਨਾਲੋਂ ਵੱਖਰੇ ਕਰਕੇ ਉਸ ਅੰਦਰ ਆਧੁਨਿਕਤਾ ਦੀ ਨਵੀਂ ਰੂਹ ਵਿਗਿਆਨਕ ਚੇਤਨਾ ਰਾਹੀਂ ਪੈਦਾ ਕਰਨ ਵਿੱਚ ਉਸਦਾ ਨਾਮ ਮੋਢੀਆਂ ਵਿੱਚ ਹੈ। ਨਿੱਕੀ ਕਹਾਣੀ, ਨਾਟਕ, ਨਾਵਲ ਵਿੱਚ ਤਾਂ ਉਸਦਾ ਯੋਗਦਾਨ ਇੱਕ ਰੁਝਾਨ ਸੰਚਾਲਕ ਵਾਲਾ ਹੈ, ਪਰੰਤੂ ਆਲੋਚਨਾ ਵਿੱਚ ਉਸਦਾ ਰੋਲ ਨਿਸ਼ਚੇ ਹੀ ਮੋਢੀ ਵਾਲਾ ਹੈ, ਜਿਸ ਨੇ ਪੰਜਾਬੀ ਵਿੱਚ ਆਲੋਚਨਾ ਨੂੰ ਇੱਕ ਵਿਧਾ, ਵਿਧੀ ਅਤੇ ਵਿਵੇਕ ਭਾਸ਼ਾ ਪ੍ਰਦਾਨ ਕੀਤੀ। ਪੰਜਾਬੀ ਆਲੋਚਨਾ ਆਪਣਾ ਵਿਗਿਆਨਕ ਮੁਹਾਵਰਾ ਸੰਤ ਸਿੰਘ ਸੇਖੋਂ ਦੀ ਆਲੋਚਨਾ ਨਾਲ ਪ੍ਰਾਪਤ ਕਰਦੀ ਹੈ। ਸੇਖੋਂ ਦੀ ਪੂਰਵਲੀ ਆਲੋਚਨਾ ਦੇ ਆਲੋਚਨਾਤਮਕ ਨਕਸ਼ ਪਛਾਣੇ ਜਾ ਸਕਦੇ ਹਨ, ਪਰੰਤੂ ਪ੍ਰਤੀਕਰਮਾਂ ਦੇ ਕਰਕੇ ਉਸ ਆਲੋਚਨਾ ਅੰਦਰ ਸਵੈ ਵਿਰੋਧ ਅਤੇ ਇੱਕ ਪਾਸੜ ਧਾਰਨਾਵਾਂ ਹਨ। ਦੂਸਰਾ, ਉਹ ਸੁਚੇਤ ਜੀਵਨ ਦ੍ਰਿਸ਼ਟੀਕੋਣ ਤੋਂ ਰਹਿਤ ਹੋਣ ਕਰਕੇ ਸ਼ਬਦ ਨੂੰ ਸਮਾਜੀ ਸੰਘਰਸ਼ ਦੌਰਾਨ ਵਿਚਾਰਧਾਰਕ ਹਥਿਆਰ ਪ੍ਰਵਾਨ ਨਹੀਂ ਕਰਦੀ। ਸੰਤ ਸਿੰਘ ਸੇਖੋਂ ਸ਼ਬਦਾਂ ਦੀ ਸ਼ਕਤੀ ਨੂੰ ਪਹਿਚਾਣ ਵਾਲਾ ਪਹਿਲਾ ਆਲੋਚਕ ਹੈ। ਇਸ ਉਪਰੰਤ ਪੰਜਾਬੀ ਆਲੋਚਨਾ ਇੱਕ ਵਿਧੀਵਤ ਅਨੁਸ਼ਾਸਨ ਵਿੱਚ ਢਲਣ ਦੇ ਰਸਤੇ ਪੈਂਦੀ ਹੈ। ਸੰਤ ਸਿੰਘ ਸੇਖੋਂ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਦੇ ਸੰਸਥਾਪਕ ਹੋਣ ਦੇ ਨਾਲ ਨਾਲ ਦੂਸਰੀਆਂ ਆਲੋਚਨਾ ਪ੍ਰਣਾਲੀਆਂ ਦੇ ਵਿਰੋਧ ਵਿੱਚ ਇਸ ਨੂੰ ਭਾਰੂ ਹਿੱਤ ਵਜੋਂ ਸਥਾਪਿਤ ਕਰਨ ਵਾਲੇ ਚਿੰਤਕ ਵੀ ਹਨ। ਪੂਰਵ ਸੇਖੋਂ ਆਲੋਚਨਾ ਕਿਸੇ ਨਿਸ਼ਚਿਤ ਸਾਹਿਤ ਸਿਧਾਂਤ ਨੂੰ ਆਪਣੀ ਆਲੋਚਨਾ ਦਾ ਆਧਾਰ ਨਹੀਂ ਬਣਾਉਂਦੀ। ਇਸ ਕਾਰਨ ਇਤਿਹਾਸਕ ਰੂਪ ਵਿੱਚ ਇਸ ਦੀ ਸੀਮਾ ਇਹ ਰਹੀ ਹੈ, ਇਹ ਸਿਧਾਂਤਕ ਰੂਪ ਗ੍ਰਹਿਣ ਕਰਨ ਦੀ ਥਾਂ ਸਾਹਿਤ ਪ੍ਰਤੀ ਅੰਤਰਮੁਖੀ ਪ੍ਰਭਾਵਾਂ, ਨਿੱਜੀ ਪ੍ਰਤੀਕਰਮਾਂ ਅਤੇ ਸਾਹਿਤ ਕਿਰਤ ਪ੍ਰਤੀ ਪ੍ਰਗਟ ਕੀਤੀਆਂ ਗਈਆਂ ਵਕਤੀ ਉਕਤੀਆਂ ਅਤੇ ਕਥਨਾਂ ਤੋਂ ਅੱਗੇ ਨਹੀਂ ਲੰਘ ਸਕੀ। ਇੱਥੇ ਇਹ ਤੱਥ ਵੱਲ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ ਕਿ ਅਚੇਤ ਅਤੇ ਸਚੇਤ ਰੂਪ ਵਿੱਚ ਪੂਰਵ ਸੇਖੋਂ ਆਲੋਚਨਾ ਪਰੰਪਰਾ ਨਿਰਸੰਦੇਹ ਇੱਕ ਵਿਸ਼ੇਸ਼ ਵਿਸ਼ਵ ਦ੍ਰਿਸ਼ਟੀ ਤੋਂ ਸਾਹਿਤ ਦਾ ਵਿਸ਼ਲੇਸ਼ਣ ਅਤੇ ਮੁਲਾਂਕਣ ਕਰਨ ਵੱਲ ਯਤਨਸ਼ੀਲ ਜ਼ਰੂਰ ਸੀ। ਸੇਖੋਂ ਨੇ ਪਹਿਲੀ ਵਾਰੀ ਇੱਕ ਨਿਸ਼ਚਿਤ ਵਿਸ਼ਵ ਦ੍ਰਿਸ਼ਟੀਕੋਣ ਦਵੰਦਵਾਦੀ ਪਦਾਰਥਵਾਦ ਨੂੰ ਆਪਣੀ ਆਲੋਚਨਾਤਮਕ ਦ੍ਰਿਸ਼ਟੀ ਦਾ ਆਧਾਰ ਬਣਾਉਂਦਿਆਂ ਸਾਹਿਤਕ ਕਿਰਤ ਨੂੰ ਕਿਸੇ ਵਿਸ਼ੇਸ਼ ਸਮਾਜਿਕ ਇਤਿਹਾਸਿਕ ਪ੍ਰਸੰਗ ਵਿੱਚ ਰੱਖ ਕੇ ਬਾਚੇ ਜਾਣ ਦੀ ਵਿਗਿਆਨਕ ਵਿਧੀ ਦੀ ਸਥਾਪਨਾ ਕੀਤੀ। ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਮੁਤਾਬਕ ਸੰਤ ਸਿੰਘ ਸੇਖੋਂ ਇੱਕ ਸਿਧਾਂਤਵਾਦੀ ਸਮੀਖਿਆਕਾਰ ਹੈ। ਉਸਦੀ ਸਮੀਖਿਆ ਦਾ ਆਧਾਰ ਮਾਰਕਸ ਦਾ ਫਲਸਫਾ ਹੈ, ਜਿਹੜਾ ਖੁਦ ਦਵੰਦਾਤਮਕ ਭੌਤਿਕਵਾਦ 'ਤੇ ਆਸਰਿਤ ਹੈ। ਮਾਦਾ ਜਾਂ ਵਸਤੂ ਹੀ ਅੰਤਮ ਨਿਸ਼ਾਨਾ ਹੋ ਕੇ ਇਸ ਦੀ ਖੋਜ ਅਤੇ ਇਸ ਦੀ ਅਹਿਮੀਅਤ ਹੀ ਜੀਵਨ, ਸਮਾਜ, ਆਰਥਿਕਤਾ, ਸੱਭਿਆਚਾਰ ਅਤੇ ਕਲਾ ਵਿੱਚ ਪੜਤਾਲੀ ਗਈ ਹੈ। ਇਸ ਮਾਰਕਸਵਾਦੀ ਸਿਧਾਂਤ ਦੇ ਚਾਨਣੇ ਵਿੱਚ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀ ਆਲੋਚਨਾ ਗਤੀਮਾਨ ਹੋਈ ਹੈ। ਡਾਕਟਰ ਸੁਰਜੀਤ ਸਿੰਘ ਭੱਟੀ ਦੇ ਅਨੁਸਾਰ ਸੇਖੋਂ ਆਲੋਚਨਾ ਦਾ ਬੁਨਿਆਦੀ ਆਧਾਰ ਇਸ ਕਾਰਨ ਹੀ ਵਿਗਿਆਨਕ ਬਣ ਜਾਂਦਾ ਹੈ ਕਿ ਇਹ ਰਚਨਾ ਵਿੱਚ ਵਿਸ਼ੇਸ਼ ਸਾਹਿਤਕ ਬਿੰਬ ਦੀ ਥਾਂ ਲੇਖਕ ਦੇ ਰਾਜਨੀਤਿਕ ਦਾਰਸ਼ਨਿਕ ਵਿਚਾਰਾਂ ਦੇ ਵਿਸ਼ਲੇਸ਼ਣ ਨੂੰ ਆਪਣੀ ਕਸਵੱਟੀ ਦਾ ਆਧਾਰ ਬਣਾ ਲੈਂਦੀ ਹੈ। ਡਾਕਟਰ ਪਰਮਿੰਦਰ ਸਿੰਘ ਅਨੁਸਾਰ ਸੇਖੋਂ ਨਾਲ ਪੰਜਾਬੀ ਸਾਹਿਤ ਵਿੱਚ ਅਗਾਂਹਵਧੂ ਲਹਿਰ ਦਾ ਮੁੜ ਵੱਜਦਾ ਹੈ। ਪੰਜਾਬੀ ਆਲੋਚਨਾ ਨੂੰ ਇਤਿਹਾਸਵਾਦੀ ਦ੍ਰਿਸ਼ਟੀਕੋਣ ਦੇ ਕੇ ਇਸ ਨੂੰ ਸਿਧਾਂਤਕ ਅਤੇ ਪ੍ਰਗਤੀਵਾਦੀ ਲੀਹਾਂ 'ਤੇ ਤੋਰਿਆ। ਆਪਣੀ ਰਚਨਾਤਮਕ ਕਿਰਤਾਂ ਵਿੱਚ ਰੋਮਾਂਸ ਅਤੇ ਆਦਰਸ਼ਵਾਦ ਦੀ ਥਾਂ ਬੌਧਿਕ ਅਤੇ ਯਥਾਰਥਵਾਦੀ ਦ੍ਰਿਸ਼ਟੀਕੋਣ ਨੂੰ ਅਪਣਾਇਆ। ਭਾਵੇਂ ਫਰਾਇਡਵਾਦ ਅਤੇ ਪ੍ਰਗਤੀਵਾਦ ਦਾ ਪ੍ਰਭਾਵ ਵੀ ਉਸ ਵਿੱਚ ਪ੍ਰਤੱਖ ਦੇਖਿਆ ਜਾ ਸਕਦਾ ਹੈ। ਪੰਜਾਬੀ ਆਲੋਚਨਾ ਨੂੰ ਪ੍ਰਸ਼ੰਸਾਤਮਕ ਅਤੇ ਪ੍ਰਭਾਵਵਾਦੀ ਖੇਤਰ ਵਿੱਚੋਂ ਕੱਢ ਕੇ ਇਸ ਨੂੰ ਇਤਿਹਾਸਕਾਰੀ ਲੀਹਾਂ 'ਤੇ ਤੋਰਿਆ। ਪੰਜਾਬੀ ਆਲੋਚਨਾ ਨੂੰ ਦਾਰਸ਼ਨਿਕ ਸੇਧ ਦੇਣ ਵਿੱਚ ਆਪ ਦਾ ਵਿਸ਼ੇਸ਼ ਹਿੱਸਾ ਹੈ। ਸੰਤ ਸਿੰਘ ਸੇਖੋਂ ਦਾ ਸਹਿਜ ਚੇਤਨ ਮੁੜ ਤੋਂ ਹੀ ਸਮਾਜਵਾਦੀ ਚਿੰਤਨ ਦੀਆਂ ਸਥਾਪਨਾਵਾਂ ਦਾ ਸਮਰਥਕ ਰਿਹਾ ਹੈ। ਇਹਨਾਂ ਸਥਾਪਨਾਵਾਂ ਵਿੱਚ ਉਸਦਾ ਵਿਸ਼ਵਾਸ ਲਗਾਤਾਰ ਵੱਧਦਾ ਰਿਹਾ। ਉਸਦੀਆਂ ਲਿਖਤਾਂ ਵਿੱਚ ਇਹਨਾਂ ਦੀ ਵਿਆਖਿਆ ਵਧੇਰੇ ਤਰਕਸੰਗਤ ਹੁੰਦੀ ਗਈ। ਡਾਕਟਰ ਸਰਬਜੀਤ ਸਿੰਘ ਅਨੁਸਾਰ ਆਲੋਚਨਾ ਦਾ ਵਰਤਾਰਾ
तर्क वितर्क अते संवाद दा वर्तारा है। संसिख सिखों तो पहला दी आलोचना संवादहीन है क्योंकि वह साहित्यक रचनावां प्रति अपनी राय दर्ज करती है, उसका अजिहा अध्ययन पेश नहीं करती जिहड़ा समाज या किसी विचारधारा नाल संवाद रचाउंदी होवे। संसिख सिखों की आलोचना उपरंत प्रोफेसर किशन सिंह अते उस तो बाद दी आलोचना का छेड़िया संवाद यह प्रमाणित कर दिंदा है कि आलोचना अंदर बुनियादी मसला तर्क वितर्क ते संवाद दा हुंदा है ते संसिख सिखों दा यह मसला उसकी विचार तक दृष्टि कारण उदय हुंदा है। सहस हथियार के अध्ययन तो यह गल स्पष्ट हो जाती है कि संसिख सिखों भारतीय काव्य शास्त्र नूं आधार बना के कविता की सिरजना करन अते पड़चोल करन की हदायत करता है, पर उपरगतिवादी विचार तर्क सवटी उपर अमल करन उत्ते भी जोर दिंदा है। एक नास्तिक भी अध्यात्म पक्ष तो एक महापुरश हो सकता है। रूसी कम्यूनिस्ट भी अध्यात्म गुणा तो इनकारी नहीं, वह केवल उस जिसनों बहुते लोग परमात्मा कहते हैं उसकी हस्ती तो इनकारी हैं। अजिहे परमात्मा की हस्ती तो महात्मा बुद्ध भी मुनकर है। सो कम्यूनिस्ट नास्तिक भी भगत कबीर ज गुरु नानक की अध्यात्मक वडियाई के कायल हैं। एक बलवान साम्राज्य के विरुद्ध खड़े होना केवल शरीर का काम ही नहीं उच्ची आत्मा का भी काम है। समझण की लोड़ है कि कला साहित कविता समाजिक कर्म हैं, समाज तो बाहरे कर्म नहीं। इन्हां दा वस्तु समाजिक आलोचना समाजिक भावों के विचारां दे ठाण अते उसारण तो बिना थोथा रहेगा। यह ठीक है कि कला साहित जां कविता यह समाजिक ढाई ते उसारी सुचजे ढंग नाल करे, नहीं तां ढाई ढाई नहीं होवेगी ते उसारी उसारी तां की होनी सी। संसिख सिखों नूं पंजाबी आलोचना विच मार्क्सवादी आलोचक अते चिंतक दे रूप विच जाणिया जांदा है, परंतु उसकी आलोचना विच सिर्फ ते सिर्फ मार्क्सवादी दृष्टि ही कारशील नहीं है। इस संबंधी संसिख सिखों एक थान लिखता है कि अंग्रेजी की एम ए नूं पढ़ाउण नाल मेरा इस करताब विच कुछ पछोकड़ बनिया सी। टी एस इलियट ते आई ए रिचर्ड्स नूं मैं अपने आदर्श रूप मन्निया होया सी ते तीवियां विच मैं साहित ते मुलांकण विच मार्क्सवादी लीह उत्ते तुर पिया सां। मैनू इलियट ते दे प्रमाणवाद ते रिचर्ड दे मनोविग्यानक ढंग ते साहित श्रेणी परक सुभाअ दे मत विचकार कोई अजोड़ प्रतीत नहीं हुंदा, सगों तजर्बे ने इस मिश्रण नूं चंगा प्रभावक सिद्ध कीता है। संसिख सिखों जिसनों मिश्रण कहिंदा है असल विच ओह आधुनिक युग विच पैदा हो रही ओह नवीआं अंतरदृष्टियां हन जिहड़ियां साहित समाज अते मनुख नूं समझण लई सोच अते चिंतन दा घेरा विशाल कर रही सन। संसिख सिखों कविता उत्ते भारतीय काव्य शास्त्र के कड़े नियमों की प्रोढ़ता करता है। खुली कविता अते छंदबद्ध कविता की तुलना तो यह गल भली भांत स्पष्ट हो जाती है। संसिख सिखों लिखता है केवल छंदबद्ध रचना ही कविता है, जिमें केवल इसत्री लिंग रूप वाला व्यक्ति ही नारी या इसत्री है। जिस तरह किसी इसत्री विच नारीतव दे गुण घट जा वध सकते हैं, इस तरह छंद विच भी कविता वाले गुण घट जा वध सकते हैं, पर कविता दे नाम की योग्यता केवल छंद नूं ही प्राप्त है। यह ठीक है कि पिछले कुछ समय तो ते पूंजीवादी समाज के कुछ दायरियां विच एक अजिही भांत की गद नूं जिस विच अलंकारिक आदि की बहुलता हुंदी है खुली कविता कहा जाण लग पिया है, पर इस तरह कई दायरियां विच पुराने समय विच अते शायद हुण भी मुंडियां नूं इस्त्री दे कपड़े पहना के उन्हां विच नारीतव दे कुछ गुण पैदा किए जाते सन, पर इस तरह नाल जिस तरह एक पुरख नारी नहीं बन सकता गद भी अलंकारां दे नाल लद के भी कविता नहीं बन सकती। छंद कविता है लिंग रूप है, छंद रहित काम्य रचना लिंग रहित इस्त्री रूप जीव वांकर है। उत्तम कविता बुद्धिमान विशाल अनुभव ते उच्ची करनी वाले कवि की रचना होवेगी ते बुद्धिमान पाठकां दी बुद्धि नूं उच्चा ते उहदे अनुभव नूं विशाल ते तीखण करन अते उहनां दी करनी पर भले प्रभाव पाउण वाली होवेगी। संसिख सिखों पंजाबी दे सोच शास्त्र दीआं सीमावां नूं निश्चित करदा है। सहस अर्थ दे अध्ययन तों यह नुकता स्पष्ट हो जाता है कि संसिख सिखों कविता की परिभाषा स्रोत ते पुरातन काव्य अनुभव ते आधुनिक काव्य अनुभव चेतना भावुकता उपभावुकता अध्यात्मकता श्री प्रासरीरकता रासवाद छंद अलंकार रास धुनी बिंब चिन्ह आदि प्रभावित करता होया
ਕਾਵਿ ਉਦਾਹਰਨਾਂ ਰਾਹੀਂ ਆਪਣੇ ਵਿਚਾਰ ਨੂੰ ਸਥਾਪਿਤ ਕਰਦਾ ਹੈ। ਕਵਿਤਾ ਦੀ ਪ੍ਰਕਿਰਤੀ, ਸੰਸਕ੍ਰਿਤੀ, ਸਮਾਜ ਵਿਗਿਆਨ, ਕਲਾ ਕੌਸ਼ਲ ਅਤੇ ਕਵੀ ਦੇ ਆਪੇ ਨਾਲ ਕੀ ਸੰਬੰਧ ਹੈ ਉਹਨੂੰ ਸਪੱਸ਼ਟ ਕਰਦਾ ਹੈ। ਸੰਤ ਸਿੰਘ ਸੇਖੋਂ ਦੇ ਕਾਵਿ ਸ਼ਾਸਤਰ ਵਿੱਚ ਭਾਰਤੀ ਕਾਵਿ ਸ਼ਾਸਤਰ ਨਾਲੋਂ ਬੁਨਿਆਦੀ ਅੰਤਰ ਇਹ ਹੈ ਕਿਉਂਕਿ ਸੇਖੋਂ ਆਧਾਰ ਭਾਵੇਂ ਭਾਰਤੀ ਕਾਵਿ ਸ਼ਾਸਤਰ ਨੂੰ ਬਣਾਉਂਦਾ ਹੈ ਪਰ ਉਸਦੇ ਮਾਰਕਸਵਾਦੀ ਸੋਚ ਸ਼ਾਸਤਰ ਅਤੇ ਵਿਚਾਰਧਾਰਾ ਦਾ ਅਨਿਖੜਵਾਂ ਪ੍ਰਭਾਵ ਸਹਿਜੇ ਹੀ ਵੇਖਿਆ ਜਾ ਸਕਦਾ ਹੈ। ਉਹ ਭਾਵੇਂ ਗੁਰਮਤਿ ਸਾਹਿਤ, ਸੂਫੀ ਸਾਹਿਤ, ਰਸਵਾਦੀ ਕਵਿਤਾ ਜਾਂ ਆਧੁਨਿਕ ਕਾਵਿ ਦੀ ਸਮੀਖਿਆ ਕਰਦਾ ਹੋਵੇ ਉਸਦਾ ਦ੍ਰਿਸ਼ਟੀਕੋਣ ਪ੍ਰਗਤੀਵਾਦ ਤੋਂ ਹੀ ਪ੍ਰਭਾਵਿਤ ਹੁੰਦਾ ਹੈ। ਸੋ ਸੇਖੋਂ ਸਮਕਾਲੀ ਕਾਵਿ ਸ਼ਾਸਤਰ ਅੱਗੇ ਸਵਾਲ ਖੜ੍ਹੇ ਕਰਦਾ ਹੈ ਅਤੇ ਆਪ ਵੀ ਉਹਨਾਂ ਸਵਾਲਾਂ ਨੂੰ ਸੰਵਾਦਾਂ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਜਿਵੇਂ ਸਵਾਲ ਉੱਠਦਾ ਹੈ, ਅਨੁਭਵ ਕਿੱਥੋਂ ਤੱਕ ਚੇਤਨ ਹੈ? ਅਸੀਂ ਅਨੁਭਵਾਂ ਨੂੰ ਨਿਆਂ ਔਰ ਕਲਪਨਾ ਤੋਂ ਕੋਈ ਡੂੰਘੀ ਸ਼ਕਤੀ ਆਖਿਆ ਹੈ ਕਿ ਇਹ ਡੰਗੇਰੀ ਸ਼ਕਤੀ ਕਿਸੇ ਚੇਤਨਾ ਜਾਂ ਉਸਦਾ ਕੋਈ ਭਾਗ ਨਿਮਨ ਚੇਤਨ ਜਾਂ ਅਚੇਤ ਵੀ ਹੈ? ਮੇਰੇ ਵਿਚਾਰ ਵਿੱਚ ਅਨੁਭਵ ਉਹਨਾਂ ਨਿਮਨ ਚੇਤਨਾਵਾਂ, ਸੁਝਾਵਾਂ ਔਰ ਵਿਚਾਰ ਬਿੰਬਾਂ ਦਾ ਸੰਯੋਗ ਹੈ ਜੋ ਕਿਸੇ ਪ੍ਰਾਣੀ ਦੇ ਮਨ ਵਿੱਚ ਕਿਸੇ ਵਿਚਾਰਧਾਰਾ ਜਾਂ ਭਾਵ ਰੂੜੀ ਦੇ ਅਧੀਨ ਜੋਸ਼ ਵਿੱਚ ਆਉਂਦੇ ਹਨ। ਜੇ ਉਹ ਕਲਾਕਾਰ ਜਾਂ ਕਵੀ ਹੈ ਤਾਂ ਉਹਨਾਂ ਨੂੰ ਆਪਣੀ ਕਲਾ ਅਤੇ ਕਵਿਤਾ ਰਾਹੀਂ ਚੇਤਨ ਪੱਧਰ ਉੱਤੇ ਵਿਚਾਰ ਉੱਤੇ ਲਿਆ ਕੇ ਪ੍ਰਗਟ ਕਰਦਾ ਹੈ। ਇਸ ਸੰਯੋਗ ਵਿੱਚ ਚੇਤਨ ਵਿਚਾਰ ਦੀ ਥਾਂ ਨਹੀਂ ਹੋਣੀ ਚਾਹੀਦੀ, ਬਹੁਲਤਾ ਭਾਵਾਂ ਔਰ ਵਿਚਾਰ ਬਿੰਬਾਂ ਦੀ ਹੋਣੀ ਚਾਹੀਦੀ ਹੈ। ਭਾਵ ਜਾਂ ਕਿਸੇ ਪ੍ਰਚਲਿਤ ਜਾਂ ਪੁਰਾਣੀ ਚੱਲੀ ਆ ਰਹੀ ਰੂੜੀ ਅਨੁਸਾਰ ਹੀ ਹੁੰਦੇ ਹਨ। ਵਿਚਾਰ ਬਿੰਬ ਇਹਨਾਂ ਨਾਲ ਮਿਲ ਕੇ ਇਹਨਾਂ ਨੂੰ ਪ੍ਰਵੀਨਤਾ ਦਿੰਦੇ ਹਨ। ਸੰਤ ਸਿੰਘ ਸੇਖੋਂ ਸਾਹਿਤਕਾਰ ਦੇ ਅਨੁਭਵ ਅਤੇ ਅਨੁਭਵ ਦੇ ਪ੍ਰਕਾਸ਼ ਨੂੰ ਯੋਗ ਦਿਸ਼ਾ ਪ੍ਰਦਾਨ ਕਰਦਾ ਹੋਇਆ ਲਿਖਦਾ ਹੈ, ਇੱਕ ਕਵੀ ਦਾ ਅਨੁਭਵ ਨਿਰਾ ਉਸਦੀ ਮਾਂ ਪਾਸੋਂ ਪ੍ਰਾਪਤ ਕੀਤੀ ਸ਼ਖਸੀਅਤ ਉੱਤੇ ਨਿਰਭਰ ਨਹੀਂ ਹੈ। ਇਸ ਉੱਤੇ ਇਤਿਹਾਸ, ਸਾਹਿਤ, ਕਲਾ, ਦਰਸ਼ਨ, ਵਿਗਿਆਨ ਆਦਿ ਬਹੁਤ ਚੀਜ਼ਾਂ ਦਾ ਪ੍ਰਭਾਵ ਪੈਂਦਾ ਹੈ। ਜਿਤਨਾ ਕੋਈ ਵਿਦਵਾਨ ਇਤਿਹਾਸ ਦਾ ਪ੍ਰੇਮੀ ਹੈ, ਦਰਸ਼ਨ ਅਤੇ ਵਿਚਾਰ ਪ੍ਰਬੰਧ ਦਾ ਜਾਣੂ ਹੋਵੇਗਾ ਉਤਨਾ ਹੀ ਉਸਦਾ ਅਨੁਭਵ ਬਲਵਾਨ ਹੋਵੇਗਾ। ਪਰ ਕਵੀ ਦੇ ਰੂਪ ਵਿੱਚ ਉਸਨੇ ਇਸ ਅਨੁਭਵ ਦਾ ਪ੍ਰਕਾਸ਼ ਆਪਣੇ ਸਮਕਾਲੀਆਂ ਦੀ ਵੱਡੀ ਸ਼੍ਰੇਣੀ ਦੇ ਮਾਨਸਿਕ ਅਤੇ ਕਲਾਤਮਕ ਪੱਧਰ ਉੱਤੇ ਹੀ ਕਰਨਾ ਹੈ ਜਾਂ ਕਵੀ ਹੋਣ ਦੇ ਨਾਲ ਨਾਲ ਇੱਕ ਆਗੂ ਬਣ ਕੇ ਆਪਣੇ ਸਮਕਾਲੀਆਂ ਦੇ ਉਸ ਪੱਧਰ ਨੂੰ ਉੱਚਾ ਕਰਨਾ ਹੈ ਤਾਂ ਹੀ ਉਹ ਲੋਕਪ੍ਰਿਯ ਹੋ ਸਕਦਾ ਹੈ। ਸੰਤ ਸਿੰਘ ਸੇਖੋਂ ਸਾਹਿਤਕਾਰ ਦੀ ਸਮਾਜਿਕ ਜ਼ਿੰਮੇਵਾਰੀ ਤੋਂ ਵਾਕਫ ਹੈ। ਉਹ ਪਾਠਕ, ਲੇਖਕ ਅਤੇ ਆਲੋਚਕ ਦੇ ਤੌਰ 'ਤੇ ਆਪਣੇ ਸਮਾਜਿਕ ਜ਼ਿੰਮੇਵਾਰੀ ਨੂੰ ਜ਼ਿਹਨ ਵਿੱਚ ਰੱਖਦਾ ਹੈ। ਉਹ ਸਾਹਿਤਕਾਰ ਤੋਂ ਮੰਗ ਕਰਦਾ ਹੈ ਕਿ ਉਸਦੀ ਰਚਨਾ ਵਿੱਚ ਮਨੋਰਥ ਕਲਿਆਣਕਾਰੀ ਹੋਵੇ। ਕਲਾ ਜੀਵਨ ਲਈ ਹੈ ਅਤੇ ਕਲਾ ਵਿੱਚ ਕਲਾ ਮੌਜੂਦ ਰਹੇ, ਕਿਤੇ ਵਿਚਾਰਾਂ ਦੇ ਭਾਰ ਨਾਲ ਕਲਾ ਹੀ ਦਮ ਨਾ ਤੋੜ ਜਾਵੇ। ਪਰੰਤੂ ਕਈ ਵਾਰੀ ਸੰਤ ਸਿੰਘ ਸੇਖੋਂ ਵਸਤੂ ਨੂੰ ਇੰਨੀ ਤਰਜੀਹ ਦਿੰਦਾ ਹੈ ਕਿ ਰੂਪ ਦੀ ਪਰਵਾਹ ਨਹੀਂ ਕਰਦਾ। ਕਈ ਵਾਰ ਕਹਾਣੀਆਂ ਪ੍ਰਚਾਰ ਹੀ ਬਣ ਕੇ ਰਹਿ ਗਈਆਂ ਹਨ। ਮਾਰਕਸਵਾਦੀ ਵਿਚਾਰਧਾਰਾ ਦਾ ਸੰਚਾਰ ਕਰਨ ਲੱਗਿਆਂ ਸੇਖੋਂ ਪਾਤਰ ਦੀ ਥਾਂ ਖੁਦ ਰਚਨਾ ਮਨੋਰਥ ਦੀ ਸਿੱਧੀ ਲਈ ਪ੍ਰਵਕਤਾ ਬਣ ਜਾਂਦਾ ਹੈ। ਸੰਤ ਸਿੰਘ ਸੇਖੋਂ ਨੇ ਕੀਟਾਂ ਅੰਦਰ ਕੀਟ, ਪਤਾਲ ਦਾ ਬੰਦਾ, ਵਿਰੋੜਾ, ਅਣਜੰਮੇ ਫਾਰਮੂਲੇ, ਇੱਕ ਯੋਧੇ ਦਾ ਚਲਾਣਾ, ਇਹ ਨਦੋਸ਼ਾ ਮਾਰੀਏ, ਕਿਰਸਾਨ ਅਤੇ ਕਾਮਾ, ਉਜਾੜ, ਐਟਮ ਬੰਬ ਵਿਰੁੱਧ, ਦਸਤਖਤ, ਸ਼ਹਿਜ਼ਾਦਾ, ਖੋਖਿਆਂ ਦਾ ਚੌਂਕ, ਜੱਗ 'ਤੇ ਜਿਉਣਾ, ਕੂੜ ਉਹਨਾਂ ਦਾ, ਬਾਬੇ ਨੱਥੂ ਦੀ ਸਮਾਧ ਆਦਿ ਕਹਾਣੀਆਂ ਦੀ ਰਚਨਾ ਵਿਚਾਰ ਦੀ ਪ੍ਰਧਾਨਤਾ ਨੂੰ ਸਾਹਮਣੇ ਰੱਖ ਕੇ ਕੀਤੀ ਹੈ। ਸਗੋਂ ਵਿਚਾਰਾਂ ਦੇ ਹੜ ਦੇ ਨਾਲ ਕਹਾਣੀ ਦੀ ਕਲਾਤਮਕਤਾ ਨੂੰ ਵੀ ਰੋੜ ਲੈ ਜਾਂਦਾ ਹੈ। ਸੰਤ ਸਿੰਘ ਸੇਖੋਂ ਨੇ ਆਪਣੀਆਂ ਰਚਨਾਵਾਂ ਵਿੱਚ ਸਮਾਜਵਾਦੀ ਕਦਰਾਂ ਕੀਮਤਾਂ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਹੈ। ਉਹ ਪੂੰਜੀਵਾਦੀ ਨਿਜ਼ਾਮ ਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰਦਾ ਹੈ। ਉਹ ਮਿਹਨਤਕਸ਼ ਕਿਸਾਨਾਂ ਅਤੇ ਮਜ਼ਦੂਰਾਂ ਦੇ ਹਿੱਤ ਦੇ ਲਈ ਸਿੱਧੇ ਤੌਰ 'ਤੇ ਆਵਾਜ਼ ਬੁਲੰਦ ਕਰਦਾ ਹੈ। ਸਮਕਾਲੀ ਭਾਰਤੀ ਰਾਜਸੀ ਹਾਲਾਤ ਉੱਤੇ ਸੇਖੋਂ ਦੀ ਟਿੱਪਣੀ ਬਹੁਤ ਹੀ ਢੁੱਕਵੀਂ ਹੈ। ਸਾਡਾ ਆਪਣਾ ਅਨੁਭਵ ਉਹਨਾਂ ਦੇਸ਼ਾਂ ਵਿੱਚੋਂ ਹੈ ਕਿ ਚੋਣ ਵਿੱਚ ਸੁਤੰਤਰ ਰਹਿ ਅਤੇ ਹੋਰ ਨਿੱਜੀ ਕੰਮਕਾਰ ਦੀ ਸੁਤੰਤਰਤਾ ਸਾਡੇ ਸਮਾਜ ਔਰ ਰਾਜ ਪ੍ਰਬੰਧ ਵਿੱਚ ਕਾਫੀ ਹੱਦ ਤੱਕ ਅਧੂਰੀ ਜਿਹੀ ਹੈ। ਜਿਉਂ ਸਾਡੇ ਦੇਸ਼ ਵਿੱਚ ਇਨਕਲਾਬ ਅਮਲ ਤੇਜ਼ ਹੁੰਦਾ ਜਾਂਦਾ ਹੈ, ਪੂੰਜੀਵਾਦੀ ਸਰਕਾਰਾਂ ਇਹ ਸੁਤੰਤਰਤਾ ਹੋਰ ਘਟਾ ਰਹੀਆਂ ਹਨ। ਬਹੁਤ ਸਾਰੇ ਦੇਸ਼ਾਂ ਵਿੱਚ ਗੱਲ ਇੱਥੋਂ ਤੱਕ ਅੱਪੜ ਗਈ ਹੈ ਕਿ ਸਮਾਜਵਾਦੀ ਪ੍ਰਬੰਧ ਦੇ ਸੁੱਖ ਜਨਤਾ ਨੂੰ ਪ੍ਰਾਪਤ ਨਹੀਂ ਹੋਏ। ਪੂੰਜੀਵਾਦੀ ਲੋਕ ਰਾਜ ਦੀਆਂ ਅਖੌਤੀ ਸੁਤੰਤਰਤਾਵਾਂ ਉਹਨਾਂ ਪਾਸੋਂ ਖੁੱਸ ਗਈਆਂ ਹਨ ਅਤੇ ਇਹ ਅਖੌਤੀ ਲੋਕ ਰਾਜ ਦਾ ਨਾ ਇੱਧਰ ਦਾ ਅਤੇ ਨਾ ਉੱਧਰ ਦਾ ਹੋ ਕੇ ਰਹਿ ਗਏ ਹਨ। ਸੰਤ ਸਿੰਘ ਸੇਖੋਂ ਅਨੁਸਾਰ ਸਾਹਿਤ ਵਿੱਚ ਪੇਸ਼ ਵਿਭਿੰਨ ਸਥਿਤੀਆਂ ਦਾ ਆਧਾਰ ਨਿਰਸੰਦੇਹ ਵਸਤੂ ਜਗਤ ਦੀਆਂ ਸਥਿਤੀਆਂ ਵੀ ਹੁੰਦੀਆਂ ਹਨ, ਪਰ ਸਾਹਿਤ ਵਿੱਚ
ਇਹਨਾਂ ਨੂੰ ਇਉਂ ਬਦਲ ਕੇ ਪੇਸ਼ ਕੀਤਾ ਜਾਂਦਾ ਹੈ। ਸਾਹਿਤਕ ਰਚਨਾ ਆਪਣੇ ਸਮੁੱਚ ਵਿੱਚ ਵੱਖਰੀ ਸੰਰਚਨਾ ਹੋ ਨਿਬੜਦੀ ਹੈ। ਇਹ ਸਾਹਿਤਕ ਕਿਰਤ ਤੱਥ ਨਹੀਂ ਸੱਚ ਹੁੰਦੀ ਹੈ, ਜਿਸ ਦੀ ਪਰਖ ਵਸਤੂ ਜਗਤ ਦੇ ਨਿਯਮਾਂ ਅਨੁਸਾਰ ਹੀ ਸੰਭਵ ਹੈ। ਇਸ ਟਿੱਪਣੀ ਵਿੱਚ ਸਿੱਖੋਂ ਦੇ ਸੰਭਵ ਨਾਲੋਂ ਸੰਭਾਵੀ ਨੂੰ ਸਾਹਿਤ ਲਈ ਵਧੇਰੇ ਯੋਗ ਸਮਝਿਆ ਹੈ ਅਤੇ ਸੰਭਵ ਬਿਰਲਾ ਯਥਾਰਥ ਹੈ, ਤੱਥ ਹੋ ਸਕਦਾ ਹੈ ਸੱਚ ਨਹੀਂ, ਜਦਕਿ ਸੰਭਾਵੀ ਪ੍ਰਤੀਨਿਧ ਯਥਾਰਥ ਹੈ ਜੋ ਵਿਅਕਤੀ ਕਿਰਤ ਰੂਪ ਵਿੱਚ ਪੇਸ਼ ਹੋ ਕੇ ਸਮਾਜਿਕ ਗਤੀ ਨੂੰ ਉਸਦੇ ਸਮੁੱਚ ਵਿੱਚ ਪੇਸ਼ ਕਰ ਜਾਂਦਾ ਹੈ। ਸੰਤ ਸਿੰਘ ਸੇਖੋਂ ਦੀ ਇਹ ਟਿੱਪਣੀ ਸਮਕਾਲੀ ਸਾਹਿਤ ਲਈ ਵਧੇਰੇ ਸਾਰਥਿਕ ਅਤੇ ਸੁਝਾਓ ਪ੍ਰਦਾਨ ਕਰਨ ਵਾਲੀ ਹੈ। ਅੱਜ ਕੱਲ੍ਹ ਸਾਹਿਤ ਦੇ ਸਨਮੁੱਖ ਉਦੇਸ਼ ਪਹਿਲੇ ਜਿਹੇ ਨਹੀਂ। ਅੱਜ ਕੱਲ੍ਹ ਦਾ ਸਾਹਿਤਕਾਰ ਅਮੀਰ ਰਾਜਿਆਂ ਅਤੇ ਸੇਠਾਂ ਲਈ, ਗੰਭੀਰ ਅਤੇ ਸਧਾਰਨ ਲੋਕਾਂ ਲਈ ਹਸਾਉਣੀਆਂ ਵੱਖਰੀਆਂ ਵੱਖਰੀਆਂ ਗੱਲਾਂ ਨਹੀਂ ਕਰਦਾ, ਅਤੇ ਨਾ ਹੀ ਉਹ ਇੱਕ ਅਜਿਹਾ ਮਸਕਰਾ ਹੈ ਜੋ ਅਮੀਰਾਂ ਦੇ ਮਨ ਪਰਚਾਵੇ ਲਈ ਸਧਾਰਨ ਜਾਂ ਨੀਵੀਂ ਸ਼੍ਰੇਣੀ ਦੇ ਲੋਕਾਂ ਦਾ ਮਜ਼ਾਕ ਉਡਾਵੇ। ਅੱਜ ਕੱਲ੍ਹ ਦੇ ਸਾਹਿਤਕਾਰ ਦੀ ਤਲਵਾਰ ਲੱਕੜ ਦੀ ਨਹੀਂ ਬਣੀ ਹੋਈ, ਜਿਸ ਉੱਪਰ ਚਿੱਟਾ ਰੰਗ ਕੀਤਾ ਹੋਵੇ। ਚਰਚਾ ਤੋਂ ਬਾਅਦ ਸੰਤ ਸਿੰਘ ਸੇਖੋਂ ਦੀ ਆਲੋਚਨਾ ਦ੍ਰਿਸ਼ਟੀ ਬਾਰੇ ਕੁਝ ਨੁਕਤੇ ਮੇਰੇ ਜ਼ਹਿਨ ਵਿੱਚ ਆਉਂਦੇ ਹਨ। ਉਹਨਾਂ ਦਾ ਸੰਕੇਪ ਬਿਰਵਾਯੂ ਹੈ। ਸੰਤ ਸਿੰਘ ਸੇਖੋਂ ਕਾਵਿ ਆਲੋਚਨਾ ਵਿੱਚ ਭਾਰਤੀ ਕਾਵਿ ਸ਼ਾਸਤਰ ਦੀ ਨਿਯਮਾਵਲੀ ਨੂੰ ਕੁਬਲਿਆ ਗਿਆ ਹੈ। ਉਹ ਭਾਰਤੀ ਕਾਵਿ ਸ਼ਾਸਤਰ ਦੇ ਅਨੁਸਾਰ ਕਾਵਿ ਸਿਰਜਣਾ ਲਈ ਪ੍ਰੇਰਿਤ ਕਰਦਾ ਹੈ। ਸਹਿਜ ਦੇ ਅਰਥ ਦੇ ਕਈ ਅਧਿਆਏ ਇਸ ਨੁਕਤੇ ਦੀ ਪ੍ਰੋੜਤਾ ਕਰਦੇ ਹਨ। ਸਹਿਜ ਸਿਰਜਣਾ ਸਾਹਿਤਕ ਕਰਮ ਹੈ, ਇਸ ਲਈ ਉਹ ਸਾਹਿਤ ਦੀ ਆਲੋਚਨਾ ਕਰਨ ਲੱਗਿਆਂ ਰਚਨਾ ਦੀ ਸਮਾਜਿਕਤਾ ਉੱਤੇ ਜ਼ੋਰ ਦਿੰਦਾ ਹੈ। ਸੰਤ ਸਿੰਘ ਸੇਖੋ ਦਾ ਮੰਨਣਾ ਹੈ ਕਿ ਅੱਜ ਕੱਲ੍ਹ ਦੇ ਸਮੇਂ ਕਵਿਤਾ ਤੋਂ ਉਸਦੀ ਪ੍ਰਧਾਨਤਾ ਰੂਪ ਦੇ ਪੱਖ ਤੋਂ ਗੱਦ ਨੇ ਅਤੇ ਵਸਤੂ ਦੇ ਪੱਖ ਤੋਂ ਵਿਗਿਆਨ ਨੇ ਲੈ ਲਈ ਹੈ। ਪੂੰਜੀਵਾਦੀ ਸੰਸਾਰ ਦੀ ਤਾਂ ਗੱਲ ਹੀ ਕੀ, ਸਮਾਜਵਾਦੀ ਸੰਸਾਰ ਵਿੱਚ ਵੀ ਕਵਿਤਾ ਹਾਲੇ ਵਿਗਿਆਨ ਦੇ ਬਰਾਬਰ ਉੜਨ ਜੋਗੀ ਨਹੀਂ ਹੋਈ। ਅਸਲ ਵਿੱਚ ਯਥਾਰਥਵਾਦ ਦਾ ਆਧਾਰ ਹੀ ਅਨੁਭਵ ਉੱਤੇ ਹੈ। ਕੋਈ ਗੱਲ ਯਥਾਰਥ ਹੈ ਜੇ ਉਸਨੂੰ ਪੜ੍ਹਨ ਸੁਣਨ ਵਾਲੇ ਦਾ ਅਨੁਭਵ ਸਵੀਕਾਰ ਕਰਦਾ ਹੈ। ਜਿਸ ਸਮਾਜ ਵਿੱਚ ਲੋਕਾਂ ਦੇ ਅਨੁਭਵ ਦਾ ਖੇਤਰ ਸੌੜਾ ਹੈ, ਉੱਥੇ ਯਥਾਰਥਵਾਦ ਲਈ ਬਹੁਤੀ ਥਾਂ ਨਹੀਂ ਹੋ ਸਕਦੀ। ਯਥਾਰਥਵਾਦ ਦਾ ਇੱਕ ਹੋਰ ਰੂਪ ਸਮਾਜਵਾਦੀ ਯਥਾਰਥਵਾਦ ਹੈ। ਸਮਾਜਵਾਦੀ ਯਥਾਰਥਵਾਦ ਇਸ ਧਾਰਨਾ ਉੱਤੇ ਚੱਲਦਾ ਹੈ ਕਿ ਜੀਵਨ ਸਮਾਜਵਾਦ ਵੱਲ ਹੀ ਜਾ ਰਿਹਾ ਹੈ। ਹਰ ਥਾਂ ਜਾਂ ਸਮਾਜਵਾਦ ਦੀ ਉਸਾਰੀ ਹੈ ਜਾਂ ਇਸ ਨੂੰ ਲਿਆਉਣ ਦੀ ਤਿਆਰੀ ਹੋ ਰਹੀ ਹੈ। ਸੰਤ ਸਿੰਘ ਸੇਖੋਂ ਅਨੁਸਾਰ ਸਾਹਿਤ ਦਾ ਪ੍ਰਮੁੱਖ ਲੱਛਣ ਕਲਿਆਣਕਾਰੀ ਹੋਣਾ ਹੈ। ਉਹ ਸੱਤਿਅਮ ਸ਼ਿਵਮ ਸੁੰਦਰਮ ਸਿਧਾਂਤ ਦੀ ਪ੍ਰੋੜਤਾ ਕਰਦਾ ਹੈ, ਪਰੰਤੂ ਸਮਾਜਵਾਦੀ ਸਹਿਜ ਸਿਧਾਂਤ ਨੂੰ ਵਧੇਰੇ ਮਹੱਤਵ ਦਿੰਦਾ ਹੈ। ਸੰਤ ਸਿੰਘ ਸੇਖੋਂ ਅਧਿਆਤਮਕ ਦਰਸ਼ਨ ਸਾਹਿਤ ਬਾਰੇ ਚਰਚਾ ਕਰਨ ਲੱਗਿਆਂ ਮਾਰਕਸਵਾਦੀ ਚਿੰਤਨ ਨੂੰ ਅਹਿਮੀਅਤ ਦਿੰਦਾ ਹੈ। ਉਹ ਅਧਿਆਤਮਕ ਸਾਹਿਤ ਦੀ ਇਤਿਹਾਸਿਕ ਅਤੇ ਸਮਾਜਿਕ ਸਾਰਥਿਕਤਾ ਪਰਖਣ ਉੱਤੇ ਜ਼ੋਰ ਦਿੰਦਾ ਹੈ। ਕਵਿਤਾ ਜਾਂ ਕਲਾ ਕੇਵਲ ਜਾਤੀ ਦੀ ਸੰਸਕ੍ਰਿਤੀ ਅਤੇ ਪਰੰਪਰਾ ਉੱਤੇ ਹੀ ਆਧਾਰਿਤ ਨਹੀਂ, ਇਸ ਦੇ ਵਿਕਾਸ ਵਿੱਚ ਵੀ ਹਿੱਸਾ ਪਾਉਂਦੀ ਹੈ। ਸਾਹਿਤ ਦੀ ਪ੍ਰਧਾਨਤਾ ਸਮੱਸਿਆ ਵਸਤੂ ਦੀ ਮਹਾਨਤਾ ਨੂੰ ਅਭਿਵਿਅੰਜਨ ਦੀ ਸੁੰਦਰਤਾ ਅਤੇ ਪ੍ਰਭਾਵਕਤਾ ਨਾਲ ਓਤਪੋਤ ਕਰਨਾ ਹੈ। ਗੱਲ ਇੱਥੇ ਹੀ ਨਹੀਂ ਮੁੱਕਦੀ, ਕਿਉਂਕਿ ਸੱਚਾਈ ਤਾਂ ਇਹ ਹੈ ਜਿਵੇਂ ਸਰੀਰ ਸੁੰਦਰਤਾ ਸਰੀਰਕ ਸਵਾਸ ਤੋਂ ਬਿਨਾਂ ਹੀਣ ਜਾਂ ਅਸੰਭਵ ਹੈ, ਤਿਵੇਂ ਮਹਾਨ ਵਸਤੂ ਤੋਂ ਬਿਨਾਂ ਅਭਿਵਿਅੰਜਨ ਸੁੰਦਰ ਅਤੇ ਪ੍ਰਭਾਵਕ ਨਹੀਂ ਹੋ ਸਕਦਾ। ਸੰਤ ਸਿੰਘ ਸੇਖੋਂ ਨੂੰ ਉਹਨਾਂ ਕਹਾਣੀਕਾਰਾਂ ਵਿੱਚ ਵਧੇਰੇ ਸੁਭਾਵਨਾ ਨਜ਼ਰ ਆਉਂਦੀ ਹੈ ਜੋ ਘਟਨਾ ਨੂੰ ਵਧੇਰੇ ਆਕਾਰ ਅਤੇ ਡੂੰਘਾਈ ਵਿੱਚ ਵਰਣਨ ਕਰਨ ਦੀ ਵਿਧੀ ਨੂੰ ਅਪਣਾਉਂਦੇ ਹਨ। ਸੰਤ ਸਿੰਘ ਸੇਖੋਂ ਮੁਤਾਬਕ ਸਾਹਿਤ ਵਿੱਚ 4 ਗੁਣ ਹੋਣੇ ਚਾਹੀਦੇ ਹਨ: ਬਲ, ਬੁੱਧੀ ਦੀ ਤੀਖਣਤਾ, ਵਿਅੰਗ ਅਤੇ ਕਾਟ। ਜਨਤਾ ਵਿੱਚ ਬਲ ਅਤੇ ਤੀਖਣ ਬੁੱਧੀ ਹੈ ਅਤੇ ਜਨਤਾ ਦੇ ਦੁਸ਼ਮਣਾਂ ਦੇ ਲਈ ਵਿਅੰਗ ਅਤੇ ਕਾਟ ਹੈ। ਵਿਗਿਆਨ ਅਤੇ ਕਵਿਤਾ ਦੋਵੇਂ ਮਨੁੱਖ ਪ੍ਰਾਪਤੀ ਦੇ ਸਾਧਨ ਹਨ। ਵਿਗਿਆਨ ਮਨੁੱਖ ਦੀ ਪਦਾਰਥਿਕ ਪਹੁੰਚ ਅਤੇ ਸ਼ਕਤੀ ਨੂੰ ਵਧਾਉਣ ਦੀ ਕਲਾ ਹੈ ਅਤੇ ਕਵਿਤਾ ਉਸਦੀ ਅਧਿਆਤਮਿਕ ਸ਼ਕਤੀ ਨੂੰ ਵਧਾਉਣ ਵਾਲੀ। ਸੰਤ ਸਿੰਘ ਸੇਖੋਂ ਦੀ ਆਲੋਚਨਾ ਦ੍ਰਿਸ਼ਟੀ ਬਾਰੇ ਕੁਝ ਤੱਥ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੰਤ ਸਿੰਘ ਸੇਖੋਂ ਨੇ ਪੰਜਾਬੀ ਸਾਹਿਤ ਅਤੇ ਆਲੋਚਨਾ ਨੂੰ ਨਵਾਂ ਮੁਹਾਂਦਰਾ ਪ੍ਰਦਾਨ ਕੀਤਾ, ਪੰਜਾਬੀ ਸਾਹਿਤ ਨੂੰ ਵਿਸ਼ਵ ਦਰਸ਼ਨ ਦੀ ਲੀਹਾਂ ਉੱਤੇ ਤੋਰਨ ਲਈ ਅਹਿਮ ਭੂਮਿਕਾ ਨਿਭਾਈ। ਉਸਦੀ ਆਲੋਚਨਾ ਦ੍ਰਿਸ਼ਟੀ ਉੱਤੇ ਕੋਈ ਦੋਸ਼ ਵੀ ਲਗਾਏ ਜਾਂਦੇ ਹਨ। ਉਸਨੇ ਮਾਰਕਸਵਾਦੀ ਆਲੋਚਨਾ ਪ੍ਰਣਾਲੀ ਨੂੰ ਪੰਜਾਬੀ ਸਾਹਿਤ ਉੱਤੇ ਲਾਗੂ ਕਰਨ ਲੱਗਿਆਂ ਭਾਰਤੀ ਦਰਸ਼ਨ, ਇਤਿਹਾਸ, ਧਰਮ ਅਤੇ ਸੱਭਿਆਚਾਰ ਨੂੰ ਜਹਿਨ ਵਿੱਚ ਨਹੀਂ ਰੱਖਿਆ। ਭਾਰਤ ਦੀ ਵਰਨ ਵੰਡ ਅਤੇ ਜਾਤ ਵੰਡ ਨੂੰ ਅਣਦੇਖਿਆ ਕਰਕੇ ਜਮਾਤੀ ਸੰਘਰਸ਼ ਨੂੰ ਅਹਿਮੀਅਤ ਦਿੱਤੀ। ਇਹ ਦੋਸ਼ ਸਿਰਫ ਸੰਤ ਸਿੰਘ ਸੇਖੋਂ ਸਿਰ ਨਹੀਂ, ਸਗੋਂ ਸਮੁੱਚੇ ਭਾਰਤੀ ਮਾਰਕਸਵਾਦੀ ਸਾਹਿਤ, ਸਾਹਿਤਕਾਰ ਅਤੇ ਸਿਆਸਤ ਉੱਤੇ ਲੱਗਦਾ ਹੈ।
यही मार्क्सवादी चिंतन के पतन का कारण भी है। जेकर गंभीरता नाल संत सिंह सेखों दी कहानियां दा अध्ययन किया जाए तो इस विच जाति ते जमाती चेतना दे दोनों रूप वेखे जा सकते हैं। इस विच कोई शक नहीं है कि हर व्यक्ति विचारधारा ते दर्शन विच गुण ते औगुण होंदे हन। किसे बारे धारणा बनाउण लग्यां इस गल दा ध्यान रखना चाहिए है कि गुणा नूं विशेष तौर ते विचारिया जाए। दूसरा मार्क्सवादी चिंतन दे उत्तर अधिकारियों का कर्तव्य बनता है कि वह संत सिंह सेखों दीयां प्राप्तियां ते अप्राप्तियां तो सीध लेके भारतीय साहित ते समाज नूं विशाल भविख प्रदान कराउण विच अहम योगदान पाउण। बहुत बहुत धन्यवाद।